हाँ जी, गुड मॉर्निंग टू ऑल. आई एम रमनदीप कौर, इंस्ट्रक्टर बेसिक कॉस्मेटोलॉजी फ्रॉम बाबा फरीद ITI पुछो. अज असी इस वीडियो दे विच इस टॉपिक बारे गल करांगे, जो कि तुहानू दसदे हैं ब्लीचिंग बारे. अज असी इस वीडियो दे विच ब्लीचिंग दे टॉपिक बारे गल करदे हैं, जिवें कि असी आम फेस ब्लीच यूज़ करते हैं अपने फेस तो टैनिंग रिमूव करने लिए, ਜਾਂ ਆਪਣੇ ਫੇਸ 'ਤੇ ਗਲੋ ਲਿਆਉਣ ਲਈ ਆਪਾਂ ਬਲੀਚ ਯੂਜ਼ ਕਰਦੇ ਹਾਂ. ਤਾਂ ਅਸੀਂ ਦੇਖਦੇ ਹਾਂ ਕਿ ਜਿਹੜੀ ਬਲੀਚਿੰਗ ਅਸੀਂ ਯੂਜ਼ ਕਰਦੇ ਹਾਂ ਤਾਂ ਉਹ ਕਿਸ ਤਰ੍ਹਾਂ ਕੰਮ ਕਰਦੀ ਹੈ ਅਤੇ ਇਹਦੇ ਕਿਹੜੇ ਕਿਹੜੇ ਏਜੰਟਸ ਜਾਂ ਥਿੰਗਸ ਹੁੰਦੀਆਂ ਨੇ. ਨੈਕਸਟ ਹੈ ਕਿ ਫੇਸ ਬਲੀਚਿੰਗ ਬਾਰੇ ਅਸੀਂ ਗੱਲ ਕਰਾਂਗੇ, ਜਿਵੇਂ ਕਿ ਅਸੀਂ ਹੇਅਰ ਨੂੰ ਵੀ ਬਲੀਚ ਕਰ ਸਕਦੇ ਹਾਂ ਐਂਡ ਆਪਣੇ ਫੇਸ ਨੂੰ ਵੀ ਬਲੀਚ ਕਰ ਸਕਦੇ ਹਾਂ. ਇਸ ਵੀਡੀਓ ਦੇ ਵਿੱਚ ਅਸੀਂ ਮੇਨਲੀ ਫੇਸ ਬਲੀਚ ਬਾਰੇ ਗੱਲ ਕਰਾਂਗੇ ਐਂਡ ਉਸ ਦੇ ਵਿੱਚ ਯੂਜ਼ ਹੋਣ ਵਾਲਾ ਸਮਾਨ, ਉਸਦੇ ਪ੍ਰੋਸੀਜਰ ਐਂਡ ਜੋ ਵੀ ਇੰਸਟਰਕਸ਼ਨ ਇਹਦੇ ਵਿੱਚ ਯੂਜ਼ ਕੀਤੀ ਜਾਂਦੀਆਂ ਨੇ ਉਹਨਾਂ ਬਾਰੇ ਗੱਲ ਕਰਾਂਗੇ. ਇਸ ਦੇ ਜਿਹੜੇ ਮੇਨ ਏਜੰਟ ਹੁੰਦਾ ਉਹ ਹੁੰਦਾ ਹਾਈਡਰੋਜਨ ਪਰੋਕਸਾਈਡ. ਫੇਸ ਬਲੀਚ ਇਜ਼ ਪਿਓਰਲੀ ਕੈਮੀਕਲ ਸਬਸਟੈਂਸ, ਇਟ ਇਜ਼ ਚੀਫ ਕੰਪੋਨੈਂਟਸ ਬੀਂਗ ਹਾਈਡਰੋਜਨ ਪਰੋਕਸਾਈਡ ਵਿਚ ਇਜ਼ ਦਾ ਬਲੀਚਿੰਗ ਏਜੰਟ. ਦਾ ਹਾਈਡਰੋਜਨ ਪਰੋਕਸਾਈਡ ਲਾਈਟਨਸ ਯੂਅਰ ਫੇਸ਼ੀਅਲ ਹੇਅਰ ਐਂਡ ਮੇਕਸ ਯੂਅਰ ਫੇਸ ਅਪੀਅਰ ਬ੍ਰਾਈਟਰ ਫੇਅਰ. ਫੇਸ ਬਲੀਚ ਡਸ ਨੋਟ ਲਾਈਟਨ ਯੂਅਰ ਸਕਿਨ. ਫੇਸ ਬਲੀਚ ਕਰਨ ਦਾ ਕੀ ਮਤਲਬ ਹੈ? ਸਾਨੂੰ ਇਹ ਹੁੰਦਾ ਕਿ ਇਸ ਤਰ੍ਹਾਂ ਸਾਡਾ ਜਿਹੜਾ ਕਲਰ ਆ ਉਹ ਫਿਰ ਆਉਂਦਾ, ਬਟ ਇਸ ਤਰ੍ਹਾਂ ਨਾ ਜਿਹੜਾ ਇਹਦੇ ਵਿੱਚ ਕੈਮੀਕਲ ਆ ਹਾਈਡਰੋਜਨ ਪਰੋਕਸਾਈਡ, ਉਹ ਸਿਰਫ ਸਾਡੇ ਜਿਹੜੇ ਫੇਸ ਦੇ ਵਾਲ ਆ ਉਹਨਾਂ ਨੂੰ ਲਾਈਟ ਜਾਂ ਹਲਕਾ ਬਰਾਊਨ ਕਰਦਾ ਹੈ, ਨਾ ਕਿ ਸਾਡੇ ਜਿਹੜਾ ਕਲਰ ਨੂੰ ਬਹੁਤ ਫੇਅਰ ਕਰਦਾ ਹੈ. ਇਸ ਨਾਲ ਜਿਹੜੇ ਸਾਡੇ ਫੇਸ ਦੇ ਬਹੁਤ ਜਿਹੜੇ ਹਲਕੇ ਜਾਂ ਸੁਪਰ ਫਲੋਸ ਹੇਅਰ ਹੁੰਦੇ ਨੇ ਉਹ ਕੀ ਹੈ ਜਿਹੜੇ ਲਾਈਟ ਹੋ ਜਾਂਦੇ ਨੇ, ਜਿਸ ਨਾਲ ਕਿ ਸਾਡਾ ਜਿਹੜਾ ਫੇਸ ਆ ਉਹ ਥੋੜ੍ਹਾ ਜਿਹਾ ਸ਼ਾਈਨ ਕਰਦਾ, ਗਲੋ ਕਰਦਾ, ਜਿਸ ਨਾਲ ਸਾਨੂੰ ਲੱਗਦਾ ਕਿ ਜਿਹੜਾ ਸਾਡਾ ਕਲਰ ਆ ਉਹ ਫੇਅਰ ਹੋ ਚੁੱਕਾ ਹੈ. ਬਟ ਇਸ ਨਾਲ ਜਿਹੜਾ ਮੇਨ ਜਿਹੜਾ ਵਰਕ ਹੈ ਤਾਂ ਉਹ ਇਹ ਹੁੰਦਾ ਕਿ ਜਿਹੜੇ ਸਾਡੇ ਹੇਅਰ ਹੁੰਦੇ ਨੇ ਫੇਸ ਦੇ ਉਹਨਾਂ ਨੂੰ ਲਾਈਟ ਕਰਨਾ, ਜਾਂ ਇਸ ਨਾਲ ਥੋੜ੍ਹੀ ਬਹੁਤੀ ਜਿਹੜੀ ਟੈਨ ਹੁੰਦੀ ਹੈ ਉਹ ਰਿਮੂਵ ਹੋ ਜਾਂਦੀ ਹੈ, ਤਾਂ ਇਸ ਨਾਲ ਜਿਹੜਾ ਸਾਡਾ ਫੇਸ ਹੈ ਥੋੜ੍ਹਾ ਜਿਹਾ ਵਧੀਆ ਲੱਗਣ ਲੱਗ ਜਾਂਦਾ ਹੈ. ਇਹਦੇ ਵਿੱਚ ਜਿਹੜੇ ਪ੍ਰੀ ਐਂਡ ਪੋਸਟ ਬਲੀਚ ਦੇ ਪਾਊਚ ਵੀ ਹੁੰਦੇ ਨੇ, ਜਿਵੇਂ ਕਿ ਅਸੀਂ ਪ੍ਰੀ ਜਿਹੜਾ ਹੁੰਦਾ ਹੈਗਾ ਅਸੀਂ ਬਲੀਚ ਤੋਂ ਪਹਿਲਾਂ ਯੂਜ਼ ਕਰਦੇ ਹਾਂ, ਐਂਡ ਜਿਹੜਾ ਪੋਸਟ ਬਲੀਚ ਕਰੀਮ ਹੁੰਦੀ ਹੈ ਉਹ ਅਸੀਂ ਜਿਹੜੀ ਆਫਟਰ ਬਲੀਚ ਤੋਂ ਯੂਜ਼ ਕਰਦੇ ਹਾਂ, ਜਿਨ੍ਹਾਂ ਦਾ ਕਿ 3-4 ਮਿੰਟ ਦੀ ਟਾਈਮਿੰਗ ਹੁੰਦੀ ਹੈ, ਅਸੀਂ ਉਹਨਾਂ ਨੂੰ ਪ੍ਰੀ ਐਂਡ ਪੋਸਟ ਬਲੀਚ ਯੂਜ਼ ਕਰਦੇ ਹਾਂ. ਤਾਂ ਅਸੀਂ ਦੇਖਦੇ ਹਾਂ ਕਿ ਨੈਕਸਟ ਜਿਹੜੀ ਬਲੀਚ ਆ ਉਹ ਕਿਸ ਤਰ੍ਹਾਂ ਕੰਮ ਕਰਦੀ ਹੈ ਅਤੇ ਅਸੀਂ ਇਸ ਨੂੰ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ. ਬਲੀਚਿੰਗ ਦਾ ਜਿਹੜਾ ਕੰਮ ਹੁੰਦਾ ਹੈ, ਇਸ ਦੇ ਵਿੱਚ ਜਿਹੜੀਆਂ ਇੰਸਟਰਕਸ਼ਨ ਹੁੰਦੇ ਨੇ ਉਹ ਇਹ ਬਹੁਤ ਜ਼ਿਆਦਾ ਧਿਆਨ ਦੇ ਸਾਨੂੰ ਰੱਖਣਾ ਚਾਹੀਦਾ ਕਿ ਜਿਵੇਂ ਕਿ ਸਾਡੇ ਜਿਹੜੀ ਫੇਸ ਦੇ ਪਿੰਪਲ ਵਗੈਰਾ ਜ਼ਿਆਦਾ ਹੁੰਦੇ ਨੇ ਜਾਂ ਜ਼ਿਆਦਾ ਗਰੋਥ ਹੋਵੇ, ਤਾਂ ਅਸੀਂ ਉਸ ਉਹਨਾਂ 'ਤੇ ਕਿਸ ਤਰ੍ਹਾਂ ਬਲੀਚ ਕਰਨੀ ਹੈ, ਜਾਂ ਸਾਡੇ ਕੋਈ ਜ਼ਿਆਦਾ ਸੈਂਸਿਟਿਵ ਸਕਿਨ ਹੋਵੇ, ਅਸੀਂ ਇਹ ਨਹੀਂ ਹੈਗਾ ਕਿ ਜ਼ਿਆਦਾ ਐਕਟੀਵੇਟਰ ਉਹਨਾਂ ਵਿੱਚ ਯੂਜ਼ ਕਰਕੇ, ਜਾਂ ਸਾਨੂੰ ਇਹ ਲੱਗਦਾ ਹੋਵੇ ਕਿ ਜ਼ਿਆਦਾ ਐਕਟੀਵੇਟਰ ਪਾਉਣ ਨਾਲ ਜ਼ਿਆਦਾ ਐਕਟੀਵੇਟਰ ਯੂਜ਼ ਕਰਨ ਨਾਲ ਜਿਹੜਾ ਸਾਡਾ ਕਲਰ ਆ ਉਹ ਜ਼ਿਆਦਾ ਫੇਅਰ ਹੋਏਗਾ. ਇਸ ਤਰ੍ਹਾਂ ਦਾ ਕੁਛ ਵੀ ਨਹੀਂ ਹੁੰਦਾ, ਸਾਨੂੰ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਕੇ ਬਲੀਚ ਕਰਨੀ ਚਾਹੀਦੀ ਹੈ. ਜੇਕਰ ਤੁਹਾਡੀ ਸਕਿਨ 'ਤੇ ਪਿੰਪਲ ਹਨ, ਬਹੁਤ ਜ਼ਿਆਦਾ ਸੈਂਸਿਟਿਵ ਸਕਿਨ ਹੋਵੇ, ਤਾਂ ਤੁਹਾਨੂੰ ਬਲੀਚ ਕਰਨ ਵੇਲੇ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ. ਜੇਕਰ ਤੁਹਾਡੀ ਸਕਿਨ ਸੈਂਸਿਟਿਵ ਹੈ ਜਾਂ ਤੁਹਾਡੇ ਸਕਿਨ 'ਤੇ ਪਿੰਪਲ ਹਨ, ਫੇਸ 'ਤੇ ਪਿੰਪਲ ਹਨ, ਤਾਂ ਤੁਹਾਨੂੰ ਬਲੀਚ ਕਰਨ ਲੱਗਿਆਂ ਧਿਆਨ ਰੱਖਣਾ ਚਾਹੀਦਾ, ਕਿਉਂਕਿ ਇਸ ਨਾਲ ਜਿਹੜੀ ਜਿਹੜੀ ਇਨਫੈਕਸ਼ਨ ਹੁੰਦੀ ਹੈ ਜਾਂ ਰੈਡਿਸ਼ ਹੈ ਜਾਂ ਕੋਈ ਵੀ ਇਸ ਤਰ੍ਹਾਂ ਦੀ ਐਲਰਜੀ ਦੀ ਪ੍ਰੋਬਲਮ ਤੁਹਾਨੂੰ ਹੋ ਸਕਦੀ ਹੈ, ਤਾਂ ਇਹਨਾਂ ਜਿਹੜੀਆਂ ਇੰਸਟਰਕਸ਼ਨਸ ਹੁੰਦੀਆਂ ਨੇ ਇਹਨਾਂ ਦਾ ਧਿਆਨ ਰੱਖ ਕੇ ਹੀ ਬਲੀਚ ਨੂੰ ਯੂਜ਼ ਕਰਨਾ ਚਾਹੀਦਾ ਹੈ. ਬਲੀਚ ਇਜ਼ ਵਨ ਆਫ ਦਾ ਮੋਸਟ ਪੋਟੈਂਟ ਏਜੰਟਸ ਆਫ ਸਕਿਨ ਲਾਈਟਨਿੰਗ, ਬਿਕੋਜ਼ ਇਟ ਹੈਲਪ ਰਿਡਿਊਸ ਦਾ ਮੈਂਟੇਨ ਮੈਲਾਨਿਨ ਕੰਟੈਂਟ ਆਫ ਸਕਿਨ, ਇਟ ਮੇਕਸ ਦਾ ਸਕਿਨ ਅਪੀਅਰ ਵਾਈਟਰ ਐਂਡ ਲਾਈਟਰ. ਇਹ ਜਿਹੜੇ ਸਾਡੇ ਜਿਵੇਂ ਕਿ ਸਕਿਨ ਦੇ ਮੈਲਾਨਿਨ ਜੋ ਕਿ ਸਾਡੇ ਸਕਿਨ ਕਲਰ ਨੂੰ ਰੈਫਰ ਕਰਦੇ ਨੇ, ਜੋ ਜਿਨ੍ਹਾਂ ਦੇ ਕਿ ਵਧਣ ਨਾਲ ਜਿਹੜਾ ਸਾਡਾ ਸਕਿਨ ਕਲਰ ਆ ਬਹੁਤ ਡਾਰਕ ਹੋ ਜਾਂਦਾ ਹੈ ਜਾਂ ਸਕਿਨ ਕਾਲੀ ਹੋ ਜਾਂਦੀ ਹੈ, ਅਤੇ ਮੈਲਾਨਿਨ ਦੇ ਘੱਟ ਹੋਣ ਨਾਲ ਜਿਹੜਾ ਸਾਡਾ ਸਕਿਨ ਕਲਰ ਹੈ ਬਹੁਤ ਜ਼ਿਆਦਾ ਲਾਈਟ ਹੁੰਦਾ ਹੈ, ਮਤਲਬ ਕਿ ਸਕਿਨ ਜਿਹੜੀ ਸਾਡੀ ਕਲਰ ਜਿਹੜਾ ਸਾਡਾ ਫੇਅਰ ਹੁੰਦਾ ਹੈ. ਅਤੇ ਜਿਹੜਾ ਅਸੀਂ ਬਲੀਚ ਯੂਜ਼ ਕਰਦੇ ਹਾਂ, ਬਲੀਚ ਨਾਲ ਸਾਨੂੰ ਲੱਗਦਾ ਕਿ ਜਿਹੜਾ ਸਾਡਾ ਕਲਰ ਫੇਅਰ ਹੁੰਦਾ ਹੈ, ਤਾਂ ਜਿਵੇਂ ਕਿ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕੀ ਹਾਂ ਕਿ ਬਲੀਚ ਨਾਲ ਸਾਡੇ ਮੇਨਲੀ ਫੇਸ ਦੇ ਜਿਹੜੇ ਸੁਪਰ ਫਲੋਸ ਹਲਕੇ ਹੇਅਰ ਹੁੰਦੇ ਨੇ ਉਹ ਉਸ ਦੇ ਵਿੱਚ ਐਕਟੀਵੇਟਰ ਦੁਆਰਾ ਉਹਨਾਂ ਨੂੰ ਹਲਕਾ ਬਰਾਊਨ ਜਾਂ ਗੋਲਡਨ ਬਰਾਊਨ ਕੀਤਾ ਜਾਂਦਾ ਹੈ, ਜਿਸ ਨਾਲ ਕਿ ਜਿਹੜੇ ਸਾਡੇ ਬਲੈਕ ਹੇਅਰ ਬਰਾਊਨ ਹੋ ਜਾਂਦੇ ਨੇ ਅਤੇ ਟੈਨਿੰਗ ਰਿਮੂਵ ਹੋ ਜਾਂਦੀ ਹੈ, ਡਸਟ ਰਿਮੂਵ ਹੋ ਜਾਂਦੀ ਹੈ, ਅਤੇ ਇਸ ਨਾਲ ਕਿ ਜਿਹੜੀ ਸਾਡੀ ਸਕਿਨ ਹੈ, ਸਾਡਾ ਜਿਹੜਾ ਫੇਸ ਹੈ ਉਹ ਥੋੜ੍ਹਾ ਜਿਹਾ ਕਲਰ ਵੀ ਫੇਅਰ ਹੋ ਜਾਂਦਾ ਹੈ, ਵਾਈਟ ਹੋ ਜਾਂਦਾ ਹੈ, ਥੋੜ੍ਹਾ ਜਿਹਾ ਗਲੋ ਵੀ ਆ ਜਾਂਦਾ ਸਾਡੀ ਸਕਿਨ 'ਤੇ. ਜੇਕਰ ਅਸੀਂ ਇਹਨਾਂ ਏਜੰਟਸ ਦੀ, ਇਹਨਾਂ ਦੇ ਪ੍ਰੋਡਕਟਸ ਦੀ ਸਹੀ ਵਰਤੋਂ ਨਹੀਂ ਕਰਦੇ, ਤਾਂ ਸਾਨੂੰ ਇਸ ਦੀਆਂ ਕਈ ਪ੍ਰੋਬਲਮਸ ਵੀ ਆ ਸਕਦੀਆਂ ਨੇ.
ਕਿਉਂਕਿ ਜੇਕਰ ਅਸੀਂ ਕਈ ਵਾਰ ਜ਼ਿਆਦਾ ਐਕਟੀਵੇਟਰ ਯੂਜ਼ ਕਰਦੇ ਹਾਂ ਤਾਂ ਇਸ ਨਾਲ ਕੀ ਸਾਡੀ ਸਕਿੰਨ ਹੈ ਜਿਹੜੀ ਬਰਨ ਹੋ ਜਾਂਦੀ ਹੈ, ਸਾਡੀ ਸਕਿੰਨ ਦੇ ਵਿੱਚ ਕਈ ਪ੍ਰੋਬਲਮ ਹੁੰਦੀਆਂ ਨੇ ਕਿ ਜਿਸ ਨਾਲ ਬਰਨ ਹੋਣ ਕਰਕੇ ਰੈਡਿਸ਼ ਹੋ ਜਾਂਦੀ ਹੈ, ਪਿੰਪਲ ਵਗੈਰਾ ਦੀ ਪ੍ਰੋਬਲਮ, ਐਕਨੇ ਵਗੈਰਾ ਦੀ ਪ੍ਰੋਬਲਮ ਜ਼ਿਆਦਾ ਵੱਧ ਸਕਦੀ ਹੈ। ਤਾਂ ਜਿਹੜੀ ਇਸ ਦੇ ਵਿੱਚ ਕੰਟੈਂਟਸ ਹੁੰਦੇ ਨੇ, ਕੰਟੈਂਟਸ ਇਹਨੇ ਬਲੀਚਿੰਗ ਕਰੀਮ ਕਿੱਟ, ਜਿਹੜੀ ਬਲੀਚ ਕਰੀਮ ਅਸੀਂ ਲੈਂਦੇ ਹਾਂ, ਤੁਸੀਂ ਕੋਈ ਵੀ ਕਰੀਮ ਯੂਜ਼, ਬਲੀਚ ਕਰੀਮ ਆਪਣੀ ਸਕਿੰਨ ਦੇ ਅਕੋਰਡਿੰਗ ਯੂਜ਼ ਕਰਦੇ ਹੋ, ਤਾਂ ਹਰ ਇੱਕ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਬਲੀਚ ਕਰੀਮ ਸਾਨੂੰ ਅਵੇਲੇਬਲ ਨੇ। ਅਸੀਂ ਕੋਈ ਵੀ ਬਲੀਚ ਕਰੀਮ ਯੂਜ਼ ਕਰਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਕੀ ਹੁੰਦਾ, ਮੇਨਲੀ ਬਲੀਚ ਕਰੀਮ ਹੁੰਦੀ ਹੈ ਐਂਡ ਐਕਟੀਵੇਟਰ ਪਾਊਡਰ, ਜਿਨ੍ਹਾਂ ਦਾ ਕਿ ਮੇਨ ਕੰਮ ਹੁੰਦਾ ਐਕਟੀਵੇਟਰ ਪਾਊਡਰ, ਹਾਈਡ੍ਰੋਜਨ ਪਰਆਕਸਾਈਡ ਜਿਹੜਾ ਏਜੰਟ ਸਾਡੇ ਵਾਲਾਂ ਨੂੰ ਕਲਰ ਚੇਂਜ ਕਰਨ ਦੇ ਵਿੱਚ ਹੈਲਪਫੁਲ ਹੁੰਦਾ, ਐਂਡ ਪ੍ਰੀ ਬਲੀਚ ਕਰੀਮ ਐਂਡ ਪੋਸਟ ਬਲੀਚ ਕਰੀਮ, ਇਹ ਆਪਸ਼ਨਲ ਪ੍ਰੋਡਕਟ ਹੁੰਦਾ। ਇਹ ਕਈ ਬਲੀਚ ਦੇ ਵਿੱਚ ਪ੍ਰੀ ਐਂਡ ਪੋਸਟ ਬਲੀਚ ਕਰੀਮ ਆ ਜਿਹੜੀ, ਬਹੁਤ ਸਾਰੀਆਂ ਜਿਹੜੀਆਂ ਬਲੀਚ ਹੁੰਦੀਆਂ ਨੇ ਉਹਨਾਂ ਦੇ ਵਿੱਚ ਹੁੰਦਾ, ਅਤੇ ਬਹੁਤ ਸਾਰੀਆਂ ਜਿਹੜੀਆਂ ਬਲੀਚ ਕਰੀਮਸ ਹੁੰਦੀਆਂ ਨੇ ਉਹਨਾਂ ਦੇ ਵਿੱਚ ਜਿਹੜੇ ਇਹ ਪ੍ਰੋਡਕਟ ਇਹ ਨਹੀਂ ਵੀ ਯੂਜ਼ ਕੀਤੇ ਜਾਂਦੇ। ਤਾਂ ਅਸੀਂ ਇਹਨਾਂ ਨੂੰ ਜਿਹੜਾ ਯੂਜ਼ ਕਰਨਾ ਹੁੰਦਾ ਜਿਹੜੀ ਬਲੀਚ ਕਰੀਮ ਦੇ ਪ੍ਰੋਸੀਜਰ ਦੇ ਵਿੱਚ, ਅਸੀਂ ਜਿਹੜੀ ਪ੍ਰੀ ਬਲੀਚ ਕਰੀਮ ਹੁੰਦੀ ਆ ਉਹ ਅਸੀਂ ਬਲੀਚ ਅਪਲਾਈ ਕਰਨ ਤੋਂ ਪਹਿਲਾਂ ਯੂਜ਼ ਕਰਨਾ, ਤਾਂ 5 to 7 ਜਾਂ 4 to 5 ਮਿੰਟ, ਐਂਡ ਪੋਸਟ ਬਲੀਚ ਹੈ ਜਿਹੜੀ ਅਸੀਂ ਉਸਨੂੰ ਅਸੀਂ ਬਲੀਚ ਤੋਂ ਬਾਅਦ 'ਚ ਯੂਜ਼ ਕਰਨਾ ਹੁੰਦਾ। ਇਸ ਤਰ੍ਹਾਂ ਜਿਹੜਾ ਪ੍ਰੀ ਐਂਡ ਪੋਸਟ ਬਲੀਚ ਦਾ ਕਰੀਮ ਦਾ ਪ੍ਰੋਸੀਜਰ ਹੁੰਦਾ, ਇਹ ਬਹੁਤ ਘੱਟ ਟਾਈਮ ਦਾ ਹੁੰਦਾ। ਇਹ ਮੇਨ ਜਿਹੜਾ ਕੰਮ ਹੁੰਦਾ ਸਾਡਾ ਬਲੀਚ ਕਰੀਮ ਐਂਡ ਐਕਟੀਵੇਟਰ ਦਾ ਹੁੰਦਾ। ਤਾਂ ਇਸ ਤਰ੍ਹਾਂ ਅਸੀਂ ਇਸਨੂੰ ਜਿਹੜਾ ਇੰਸਟਰਕਸ਼ਨ ਦੇ ਵਿੱਚ ਰਹਿ ਕੇ ਯੂਜ਼ ਕਰਨਾ। ਤਾਂ ਨੈਕਸਟ ਅਸੀਂ ਗੱਲ ਕਰਦੇ ਹਾਂ ਬਲੀਚ ਕਰਨ ਲਈ ਤੁਹਾਨੂੰ ਕਿਹੜੇ ਸਮਾਨ ਦੀ ਜ਼ਰੂਰਤ ਹੁੰਦੀ ਹੈ, ਥਿੰਗਸ ਰਿਕੁਆਇਰਡ ਫੋਰ ਬਲੀਚਿੰਗ। ਬਲੀਚਿੰਗ ਕਰਨ ਲਈ ਸਾਨੂੰ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਚਾਹੀਦੀਆਂ ਹੁੰਦੀਆਂ ਨੇ ਸਾਡੇ ਕੋਲ। ਜਿਹੜਾ ਮਟੀਰੀਅਲ ਅਸੀਂ ਆਪਣੇ ਖੁਦ ਲਈ ਯੂਜ਼ ਕਰ ਰਹੇ ਹਾਂ ਜਾਂ ਅਸੀਂ ਸਲੂਨ ਦੇ ਵਿੱਚ ਯੂਜ਼ ਕਰ ਰਹੇ ਹਾਂ, ਅਸੀਂ ਕੋਈ ਵੀ ਕਿਸੇ ਤਰੀਕੇ ਦਾ ਕੋਈ ਪ੍ਰੈਕਟੀਕਲ ਕਰ ਰਹੇ ਹਾਂ, ਤਾਂ ਸਾਰੇ ਜਿਹੜੇ ਪਰ ਸਾਡੇ ਕੋਈ ਵੀ ਟੂਲਸ ਨੇ, ਇੰਸਟਰੂਮੈਂਟ ਨੇ, ਜੋ ਵੀ ਅਸੀਂ ਚੀਜ਼ਾਂ ਯੂਜ਼ ਕਰ ਰਹੇ ਹਾਂ, ਉਹ ਸਟਰੀਲਾਈਜ਼ ਹੋਣੀਆਂ ਬਹੁਤ ਜ਼ਰੂਰੀ ਨੇ, ਕਿਉਂਕਿ ਇੰਸਪੈਕਸ਼ਨ ਕੰਟਰੋਲ ਵੀ ਜ਼ਰੂਰੀ ਹੈ। ਤਾਂ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਾਰੀਆਂ ਚੀਜ਼ਾਂ ਸਾਡੇ ਕੋਲ ਪਹਿਲਾਂ ਤੋਂ ਅਵੇਲੇਬਲ ਹੋਣੀਆਂ ਨੇ ਚਾਹੀਦੀਆਂ ਨੇ, ਤਾਂ ਸਾਨੂੰ ਸਾਰੇ ਜਿਹੜੇ ਸਮਾਨ ਦੀ ਕੋਈ ਵੀ ਪ੍ਰੋਬਲਮ ਨਾ ਆਵੇ। ਤਾਂ ਜਿਵੇਂ ਕਿ ਤੁਸੀਂ ਬਲੀਚ ਕਰਨ ਲਈ ਕੋਈ ਵੀ ਜਿਹੜੀ ਬਲੀਚ ਕਰੀਮ ਹੈ ਤੁਸੀਂ ਆਪਣੇ ਅਕੋਰਡਿੰਗ ਟੂ ਸਕਿੰਨ ਯੂਜ਼ ਕਰ ਰਹੇ ਹੋ ਜਾਂ ਜਿਹੜੀ ਤੁਹਾਡੀ ਸਕਿੰਨ ਨੂੰ ਸੂਟ ਕਰਦੀ ਹੈ, ਤੁਸੀਂ ਕੋਈ ਵੀ ਬਲੀਚ ਲੈ ਕੇ ਉਸਨੂੰ ਯੂਜ਼ ਕਰ ਸਕਦੇ ਹੋ। ਕੋਈ ਵੀ ਜਿਹੜੀ ਤੁਹਾਨੂੰ ਬਲੀਚ ਲੱਗਦੀ ਤੁਸੀਂ ਉਹ ਯੂਜ਼ ਕਰ ਸਕਦੇ ਹੋ। ਇਸ ਤਰ੍ਹਾਂ ਸਭ ਤੋਂ ਪਹਿਲਾਂ ਸਾਨੂੰ ਇੱਕ ਬਲੀਚ ਕਰੀਮ ਦਾ ਜਿਹੜੀ ਸਾਡੀ ਪੈਕਿੰਗ ਆ ਸਾਨੂੰ ਉਹ ਚਾਹੀਦੀ ਹੈ, ਜਿਸ ਦੇ ਵਿੱਚ ਕਿ ਸਾਡੀਆਂ ਕਰੀਮ, ਬਲੀਚ ਕਰੀਮ, ਐਕਟੀਵੇਟਰ, ਪ੍ਰੀ ਐਂਡ ਪੋਸਟ ਬਲੀਚ ਕਰੀਮ ਹੁੰਦੀਆਂ ਨੇ। ਤਾਂ ਨੈਕਸਟ ਜਿਹੜਾ ਸਾਨੂੰ ਇਹਦੇ ਲਈ ਬਲੀਚ ਬਾਊਲ, ਬ੍ਰਸ਼, ਸਪੂਨ ਐਂਡ ਸਪੰਜ ਵੀ ਚਾਹੀਦੀਆਂ ਨੇ। ਇਸ ਤਰ੍ਹਾਂ ਤੁਸੀਂ ਜਿਹੜੇ ਬਲੀਚ ਬਾਊਲ ਹੁੰਦੇ ਨੇ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ, ਤੁਸੀਂ ਕੋਈ ਵੀ ਬ੍ਰਸ਼ ਯੂਜ਼ ਕਰ ਸਕਦੇ ਹੋ। ਇਸ ਤਰ੍ਹਾਂ ਜਿਹੜਾ ਬਲੀਚ ਵਿੱਚ ਯੂਜ਼ ਹੋਣ ਵਾਲੇ ਬ੍ਰਸ਼, ਬਾਊਲ, ਜੋ ਵੀ ਸਾਨੂੰ ਚਾਹੀਦਾ ਹੈ, ਸਪੂਨ ਵਗੈਰਾ, ਸਾਡੇ ਕੋਲ ਸਾਰਾ ਸਮਾਨ ਪਹਿਲਾਂ ਤੋਂ ਅਵੇਲੇਬਲ ਹੋਣਾ ਚਾਹੀਦਾ। ਨੈਕਸਟ ਜੋ ਮਤਲਬ ਹੈੱਡਬੈਂਡ ਜੋ ਸਾਨੂੰ ਚਾਹੀਦੀ ਹੈ ਸਾਡੇ ਜਿਹੜੇ ਵਾਲਾਂ ਨੂੰ ਕਵਰ ਕਰਨ ਲਈ, ਤਾਂ ਜੋ ਸਾਨੂੰ ਕੰਮ ਕਰਨ ਦੇ ਵਿੱਚ ਜਾਂ ਬਲੀਚ ਕਰਨ 'ਚ ਪ੍ਰੋਬਲਮ ਨਾ ਆਵੇ, ਜਾਂ ਜਿਹੜੇ ਸਾਡੇ ਲੌਂਗ ਹੇਅਰ ਹੁੰਦੇ ਨੇ ਉਹਨਾਂ ਦੀ ਬਲੀਚ ਨਾ ਹੋਵੇ, ਇਸ ਕਰਕੇ ਸਾਨੂੰ ਜਿਹੜੀ ਹੈੱਡਬੈਂਡ ਉਹ ਯੂਜ਼ ਕਰਨੀ ਚਾਹੀਦੀ ਹੈ। ਨੈਕਸਟ ਸਾਡੇ ਕੋਲ ਸਾਨੂੰ ਫੇਸ ਨੂੰ ਕਲੀਨ ਕਰਨ ਲਈ ਕੋਟਨ ਬਾਲਸ ਹੁੰਦੇ ਨੇ। ਕੋਟਨ ਬਾਲਸ ਕਿਸ ਲਈ ਯੂਜ਼ ਹੁੰਦੇ ਨੇ, ਜਿਵੇਂ ਅਸੀਂ ਕਿ ਬਲੀਚ ਕਰਨ ਤੋਂ ਪਹਿਲਾਂ ਕੋਟਨ ਦੇ ਨਾਲ ਅਸੀਂ ਕਲੀਜ਼ਿੰਗ ਮਿਲਕ ਯੂਜ਼ ਕਰਦੇ ਹਾਂ, ਕੋਟਨ ਬਾਲਸ ਨਾਲ ਅਸੀਂ ਜਿਹੜਾ ਕਲੀਜ਼ਿੰਗ ਮਿਲਕ ਨਾਲ ਅਸੀਂ ਫੇਸ ਨੂੰ ਕਲੀਨ ਕਰਨਾ ਹੁੰਦਾ, ਤਾਂ ਸਾਨੂੰ ਕੋਟਨ ਦੇ ਨਾਲ ਕਲੀਜ਼ਿੰਗ ਮਿਲਕ ਵੀ ਚਾਹੀਦਾ ਹੈ, ਜਿਸ ਨਾਲ ਕਿ ਅਸੀਂ ਸਭ ਤੋਂ ਪਹਿਲਾਂ ਫੇਸ ਕਲੀਨ ਕਰਦੇ ਹਾਂ, ਡਸਟ ਵਗੈਰਾ ਰਿਮੂਵ ਕਰਦੇ ਹਾਂ, ਫੇਸ ਵਾਸ਼ ਕਰਨ ਤੋਂ ਬਾਅਦ ਤੁਸੀਂ ਫੇਸ ਕਲੀਨ ਕਰ ਸਕਦੇ ਹੋ। ਨੈਕਸਟ ਸਾਨੂੰ ਚਾਹੀਦਾ ਜੀ ਵਾਟਰ ਬਾਊਲ, ਜਿਸ ਦੇ ਵਿੱਚ ਅਸੀਂ ਬਲੀਚ ਕਰਨ ਵੇਲੇ ਵਾਟਰ ਬਾਊਲ ਯੂਜ਼ ਕਰਦੇ ਹਾਂ, ਜਿਸ ਤਰ੍ਹਾਂ ਕਿ ਜਿਵੇਂ ਬਲੀਚ ਕਰਨ ਵੇਲੇ ਸਾਨੂੰ ਵਾਟਰ ਬਾਊਲ ਐਂਡ ਸਪੰਜ ਚਾਹੀਦੇ ਹੁੰਦੇ ਆ, ਜਾਂ ਤਾਂ ਜੋ ਅਸੀਂ ਬਲੀਚ ਕਰਨ ਤੋਂ ਬਾਅਦ ਉਸਨੂੰ ਰਿਮੂਵ ਕਰਕੇ ਸਪੰਜ ਨਾਲ ਚੰਗੀ ਤਰ੍ਹਾਂ ਕਲੀਨ ਕਰ ਸਕੀਏ, ਤਾਂ ਜਿਹੜੀ ਸਾਡੀ ਫੇਸ਼ੀਅਲ ਸਪੰਜ ਜਿਹਨੂੰ ਅਸੀਂ ਬੋਲਦੇ ਹਾਂ, ਤੁਸੀਂ ਕੋਈ ਵੀ ਜਿਹੜੀ ਸਪੰਜ ਹੈ, ਪਰ ਇਹ ਧਿਆਨ ਰੱਖਣਾ ਕਿ ਜਿਹੜੀ ਤੁਸੀਂ ਸਪੰਜ ਯੂਜ਼ ਕਰ ਰਹੇ ਹੋ ਉਹ ਸੌਫਟ ਹੋਣੀ ਚਾਹੀਦੀ ਹੈ, ਨਾ ਕਿ ਜ਼ਿਆਦਾ ਹਾਰਡ ਹੋਣੀ ਚਾਹੀਦੀ ਹੈ, ਤਾਂ ਜਿਹੜੀ ਫੇਸ਼ੀਅਲ ਸਪੰਜ ਵੀ ਜ਼ਰੂਰੀ ਹੈ। ਨੈਕਸਟ ਸਾਨੂੰ ਫੇਸ ਕਵਰ ਕਰਨ ਲਈ ਜਾਂ ਫਰੰਟ ਤੋਂ ਆਪਣੇ ਨੈੱਕ ਨੂੰ ਕਵਰ ਕਰਨ ਲਈ, ਤੁਹਾਡੇ ਕੱਪੜਿਆਂ ਨੂੰ ਕਵਰ ਕਰਨ ਲਈ ਜੋ ਸਾਨੂੰ ਟਾਵਲ ਹੈ ਜਾਂ ਫੇਸ ਕਲੀਨ ਕਰਨ ਲਈ ਸਾਨੂੰ ਜਿਹੜਾ ਟਾਵਲ ਹੈ, ਸਾਫ਼ ਸੁਥਰੇ ਟਾਵਲ ਸਾਨੂੰ ਜਿਹੜੇ ਯੂਜ਼ ਕਰਨੇ ਚਾਹੀਦੇ ਹੈ, ਤਾਂ ਸਾਡੇ ਕੋਲ ਟਾਵਲ ਦਾ ਹੋਣਾ ਬਹੁਤ ਜ਼ਰੂਰੀ ਹੈ। ਤਾਂ ਨੈਕਸਟ ਜਿਹੜਾ ਅਸੀਂ ਐਟ ਲਾਸਟ 'ਤੇ ਯੂਜ਼ ਕਰਨਾ ਹੈ, ਬਲੀਚ ਤੋਂ ਬਾਅਦ ਜੋ ਵੀ ਅਸੀਂ ਯੂਜ਼ ਕਰਦੇ ਹਾਂ ਉਹ ਹੁੰਦਾ ਸਾਡਾ ਨੈਕਸਟ ਮੋਇਸਚਰਾਈਜ਼ਰ। ਅਸੀਂ ਕੋਈ ਵੀ ਆਪਣੀ ਸਕਿੰਨ ਦੇ ਅਕੋਰਡਿੰਗ ਕੋਈ ਵੀ, ਜਾਂ ਗਰਮੀ ਸਰਦੀ ਆਪਣੇ ਵੈਦਰ ਦੇ ਅਕੋਰਡਿੰਗ ਜੋ ਵੀ ਅਸੀਂ ਸਨਸਕ੍ਰੀਨ ਜਾਂ ਮੋਇਸਚਰਾਈਜ਼ਰ ਯੂਜ਼ ਕਰ ਰਹੇ ਹਾਂ ਉਹ ਸਾਨੂੰ ਅਪਲਾਈ ਕਰਨਾ ਚਾਹੀਦਾ ਹੈ। ਉਹ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ, ਜਿਵੇਂ ਕਿ ਤੁਹਾਡੀ ਸਕਿੰਨ ਸੈਂਸਿਟਿਵ ਹੈ, ਪਾਈਲੀ ਹੈ, ਡਰਾਈ ਹੈ, ਕੰਬੀਨੇਸ਼ਨ ਹੈ, ਨੋਰਮਲ ਹੈ, ਕਿਸ ਤਰ੍ਹਾਂ ਦੀ ਤੁਹਾਡੀ ਸਕਿੰਨ ਹੈ, ਉਹ ਤੁਸੀਂ ਆਪਣੀ ਸਕਿੰਨ ਦੇ ਅਨੁਸਾਰ ਹੈ ਜਿਹੜਾ ਤੁਹਾਡੇ ਮੋਇਸਚਰਾਈਜ਼ਰ ਜਾਂ ਕੋਈ ਵੀ ਲੋਸ਼ਨ ਹੈ ਜਿਹੜਾ ਤੁਸੀਂ ਆਪਣੇ
ਫੇਸ 'ਤੇ ਆਫਟਰ ਬਲੀਚ ਅਪਲਾਈ ਕਰ ਸਕਦੇ ਹੋ, ਜੋ ਕਿ ਬਹੁਤ ਜ਼ਰੂਰੀ ਹੈ, ਜੋ ਕਿ ਸਾਨੂੰ ਮਤਲਬ ਜਦੋਂ ਅਸੀਂ ਬਾਹਰ ਜਾਂਦੇ ਹਾਂ ਤਾਂ ਸਾਡੀ ਜਿਹੜੀ UV ਰੇਜ਼ ਤੋਂ ਸਾਡੀ ਜਿਹੜੀ ਸੇਫਟੀ ਦਾ ਕੰਮ ਕਰਦੇ ਆ, ਤਾਂ ਇਹਨਾਂ ਨਾਲ ਸਾਡੇ ਜਿਹੜਾ ਫੇਸ ਨੂੰ ਆ ਕਿ ਇੱਕ ਤਰ੍ਹਾਂ ਦਾ ਕਵਰ ਹੋ ਜਾਂਦਾ, ਤਾਂ ਸਾਡਾ ਫੇਸ ਆ ਜਿਹੜਾ ਇਹਨਾਂ ਨਾਲ ਕਵਰ ਹੋਣ ਕਰਕੇ ਇਹਨਾਂ 'ਤੇ UV ਰੇਜ਼ ਦਾ ਕੋਈ ਜ਼ਿਆਦਾ ਅਸਰ ਨਹੀਂ ਹੁੰਦਾ, ਤਾਂ ਮੋਇਸਚਰਾਈਜ਼ਰ ਅਪਲਾਈ ਕਰਨਾ ਬਹੁਤ ਜ਼ਰੂਰੀ ਹੈ। ਤਾਂ ਬਲੀਚ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਕਿਹੜੀ ਗੱਲ ਦਾ ਸਾਨੂੰ ਧਿਆਨ ਰੱਖਣਾ ਚਾਹੀਦਾ, ਜੇ ਇਹ ਅਸੀਂ ਪਹਿਲਾਂ ਇੱਕ ਲਾਸਟ ਵੀਡੀਓ ਦੇ ਵਿੱਚ ਪੈਸ ਟੈਸਟ ਬਾਰੇ ਵੀ ਗੱਲ ਕਰੀ ਸੀ, ਤਾਂ ਜਿਹੜੇ ਕਿ ਸਾਡੇ ਕੈਮੀਕਲ ਪ੍ਰੋਡਕਟ ਹੁੰਦੇ ਨੇ ਉਹਨਾਂ ਨੂੰ ਆਪਣੀ ਸਕਿਨ 'ਤੇ ਅਪਲਾਈ ਕਰਨ ਤੋਂ ਪਹਿਲਾਂ ਇਹ ਚੈੱਕ ਕਰਨ ਲਈ ਕਿ ਉਹ ਜਿਹੜੇ ਸਾਡੇ ਪ੍ਰੋਡਕਟ ਹੁੰਦੇ ਨੇ ਉਹ ਸਾਡੇ ਸਕਿਨ ਲਈ ਸੂਟ ਕਰਦੇ ਨੇ ਜਾਂ ਨਹੀਂ ਕਰਦੇ ਨੇ, ਉਹਨਾਂ ਨੂੰ ਚੈੱਕ ਕਰਨ ਲਈ ਜਿਸ ਨੂੰ ਜਿਹੜਾ ਅਸੀਂ ਟੈਸਟ ਕਰਦੇ ਹਾਂ ਉਹ ਬਲੀਚ ਪੈਚ ਟੈਸਟ ਹੁੰਦਾ ਹੈ। ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਕਿ ਪੈਚ ਟੈਸਟ ਨੂੰ ਕਰਨ ਲਈ, ਬਲੀਚ ਦਾ ਪੈਚ ਟੈਸਟ ਕਰਨ ਲਈ ਤੁਸੀਂ ਉਸ ਕਰੀਮ ਨੂੰ, ਐਕਟੀਵੇਟਰ ਨੂੰ ਮਿਕਸ ਕਰਕੇ ਆਪਣੇ ਕੰਨ ਦੇ ਪਿੱਛੇ ਜਾਂ ਆਪਣੀ ਕਲਾਈ 'ਤੇ ਵੀ ਅਪਲਾਈ ਕਰ ਸਕਦੇ ਹੋ। ਤਾਂ ਜੇਕਰ ਤੁਹਾਨੂੰ ਐਟ ਅ ਟਾਈਮ ਥੋੜ੍ਹੇ ਟਾਈਮ ਬਾਅਦ ਇਰੀਟੇਸ਼ਨ ਹੁੰਦੀ ਹੈ, ਥੋੜ੍ਹੀ ਨੋਰਮਲ ਇਰੀਟੇਸ਼ਨ ਬਲੀਚ ਦੇ ਵਿੱਚ ਹੁੰਦੀ ਹੈ, ਜੇਕਰ ਤੁਹਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ, ਬਹੁਤ ਜ਼ਿਆਦਾ ਇਰੀਟੇਸ਼ਨ ਹੋ ਰਹੀ ਹੈ, ਤਾਂ ਤੁਸੀਂ ਇਸ ਨੂੰ ਰਿਮੂਵ ਕਰ ਸਕਦੇ ਹੋ ਅਤੇ ਇਸ ਨੂੰ ਯੂਜ਼ ਨਾ ਕਰੋ। ਜੇਕਰ ਤੁਹਾਨੂੰ ਨੋਰਮਲੀ ਇਰੀਟੇਸ਼ਨ ਤੋਂ ਬਿਨਾਂ ਕੁਝ ਨਹੀਂ ਹੋ ਰਿਹਾ ਜਾਂ ਕੋਈ ਤੁਹਾਨੂੰ ਇਸ ਤੋਂ ਨਹੀਂ ਪ੍ਰੋਬਲਮ, ਤਾਂ ਤੁਸੀਂ ਇਹ ਬਲੀਚ ਜਿਹੜੀ ਯੂਜ਼ ਕਰ ਸਕਦੇ ਹੋ। ਤਾਂ ਇਹ ਜਿਹੜਾ ਪੈਚ ਟੈਸਟ ਦਾ ਪ੍ਰੋਸੀਜਰ ਹੈ, ਇਹ ਬਲੀਚ ਤੋਂ ਪਹਿਲਾਂ ਜਾਂ ਕੈਮੀਕਲੀ ਪ੍ਰੋਸੈਸ ਤੋਂ ਪਹਿਲਾਂ ਸਾਨੂੰ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਸਾਨੂੰ ਇਹ ਪਤਾ ਲੱਗ ਸਕੇ ਕਿ ਅਸੀਂ ਜਿਹੜਾ ਸਾਡਾ ਪ੍ਰੋਡਕਟ ਅਸੀਂ ਯੂਜ਼ ਕਰ ਰਹੇ ਹਾਂ ਆਪਣੇ ਫੇਸ ਲਈ ਜਾਂ ਹੇਅਰ ਯੂਜ਼ ਕਰ ਸਕਦੇ ਹਾਂ, ਇਹ ਸਾਡੀ ਸਕਿਨ 'ਤੇ ਸੂਟੇਬਲ ਹੈ, ਸਾਡੀ ਸਕਿਨ ਨੂੰ ਇਸ ਤੋਂ ਕੋਈ ਪ੍ਰੋਬਲਮ ਤਾਂ ਨਹੀਂ, ਸਾਡੀ ਸਕਿਨ ਇਸ ਤੋਂ ਸੇਫ ਹੈ, ਤਾਂ ਇਹ ਜਿਹੜਾ ਪੈਚ ਟੈਸਟ ਹੈ ਸਾਨੂੰ ਬਲੀਚ ਤੋਂ ਪਹਿਲਾਂ ਕਰਨਾ ਚਾਹੀਦਾ, ਜਿਸ ਨਾਲ ਸਾਡੀ ਜਿਹੜੀ ਸਕਿਨ ਹੈ ਉਹ ਠੀਕ ਰਹਿੰਦੀ ਹੈ। ਇਸ ਤਰ੍ਹਾਂ ਸਾਨੂੰ ਜਿਹੜੀਆਂ ਸਮ ਪ੍ਰਕੋਸ਼ਨਸ ਟੂ ਟੇਕ ਵਾਇਲ ਅਪਲਾਈਂਗ ਬਲੀਚਿੰਗ, ਤਾਂ ਤੁਸੀਂ ਜਿਸ ਤਰ੍ਹਾਂ ਜਿਹੜਾ ਬਲੀਚਿੰਗ ਦੇ ਵਿੱਚ ਪ੍ਰੋਸੀਜਰ ਦੇ ਵਿੱਚ ਜਿਹੜੀ ਸਾਨੂੰ ਪ੍ਰਕੋਸ਼ਨਸ ਯੂਜ਼ ਕਰਨੀਆਂ ਚਾਹੀਦੀਆਂ ਨੇ ਉਹ ਕਿਹੜੀਆਂ ਨੇ, ਜਿਵੇਂ ਮੈਂ ਪਹਿਲਾਂ ਦੱਸ ਚੁੱਕੀ ਹਾਂ ਵੀ ਜਿਹੜਾ ਸਾਡੇ ਕੱਟਸ ਹੁੰਦੇ ਨੇ, ਬਰਨ ਆ ਇੱਕ ਨੇ ਆ, ਇਸ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤਾਂ ਉਹਨਾਂ 'ਤੇ ਸਾਨੂੰ ਜਿਹੜੀ ਬਲੀਚ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਵੈਕਸਿੰਗ ਤੋਂ ਇਮੀਡੀਏਟਲੀ ਮਤਲਬ ਨਾਲ ਦੀ ਨਾਲ ਹੀ ਤੁਸੀਂ ਵੈਕਸ ਤੋਂ ਬਾਅਦ ਬਲੀਚ ਕਰਨੀ ਚਾਹੁੰਦੇ ਹੋ ਜਾਂ ਦੋਨੇ ਚੀਜ਼ਾਂ ਕਰਨੀਆਂ ਚਾਹੁੰਦੇ ਹੋ, ਤਾਂ ਕਦੀ ਵੀ ਵੈਕਸਿੰਗ ਤੋਂ ਬਾਅਦ ਬਲੀਚ ਨਹੀਂ ਕਰਨੀ ਚਾਹੀਦੀ। ਜੇਕਰ ਚਾਹੁੰਦੇ ਹੋ ਤਾਂ ਵੈਕਸਿੰਗ ਤੋਂ ਪਹਿਲਾਂ ਬਲੀਚ ਕਰ ਸਕਦੇ ਹੋ, ਨਹੀਂ ਤਾਂ ਵੈਕਸਿੰਗ ਤੋਂ ਬਾਅਦ ਤੁਸੀਂ ਬਲੀਚ ਨਹੀਂ ਕਰ ਸਕਦੇ। ਨੈਪਰ ਅਪਲਾਈ ਬਲੀਚ ਨੀਅਰ ਦਾ ਆਈਜ਼, ਅੱਖਾਂ ਤੋਂ, ਆਈਬ੍ਰੋਜ਼ ਤੋਂ ਦੂਰ ਹੋਣੀ ਚਾਹੀਦੀ ਹੈ, ਨਾ ਹੀ ਇਸ ਨੂੰ ਜ਼ਿਆਦਾ ਮਸਾਜ, ਇਹਦੀ ਕੋਈ ਮਸਾਜ ਨਹੀਂ ਕਰਨੀ ਚਾਹੀਦੀ। ਐਂਡ ਜਿਹੜੀ ਬਲੀਚ ਹੁੰਦੀ ਹੈ ਜ਼ਿਆਦਾ ਇਹਦੇ ਵਿੱਚ ਕੋਈ ਵੀ ਜਿਹੜਾ ਐਕਟੀਵੇਟਰ ਆ ਉਹ ਯੂਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਜੇਕਰ ਅਸੀਂ ਸੋਚੀਏ ਵੀ ਇਹਦੇ ਨਾਲ ਸਾਡਾ ਕੋਈ ਕਲਰ ਫੇਅਰ ਨਹੀਂ ਹੁੰਦਾ, ਇਹ ਸਿਰਫ ਸਾਡੇ ਜਿਹੜੇ ਹੇਅਰ ਨੂੰ ਲਾਈਟ ਕਰਦੀ ਹੈ, ਬਲੈਕ ਤੋਂ ਬਰਾਊਨ ਕਰ ਦਿੰਦੀ ਹੈ, ਤਾਂ ਇਸ ਨਾਲ ਜਿਹੜਾ ਸਾਡਾ ਜਿਹੜਾ ਕਲਰ ਹੈ ਉਹ ਜ਼ਿਆਦਾ ਫੇਅਰ ਨਹੀਂ ਹੁੰਦਾ, ਤਾਂ ਸਕਿਨ ਜ਼ਿਆਦਾ ਐਕਟੀਵੇਟਰ ਯੂਜ਼ ਕਰਨਾ ਸਕਿਨ ਬਰਨ ਹੋ ਜਾਂਦੀ ਹੈ। ਪ੍ਰੂਫਸ ਆਫ ਸਕਿਨ ਫੇਸ ਬਲੀਚਿੰਗ, ਕੈਮੋਫਲਿਕਸ ਦਾ ਹੇਅਰ ਔਨ ਦਾ ਸਕਿਨ, ਲਾਈਟਨ ਦਾ ਸਕਿਨ ਟੋਨ, ਹੈਲਪਸ ਟੂ ਰਿਮੂਵ ਲਾਈਟਨ ਸਕਿਨ ਟੈਨ, ਇੰਪਰੂਵ ਦਾ ਸਕਿਨ ਟੈਕਸਚਰ, ਰਿਡਿਊਸ ਬਲੈਮਿਸ਼ ਐਂਡ ਰਿਮੂਵ ਦਾ ਡਰਟ ਐਂਡ ਡੈਡ ਸੈੱਲ। ਇਸ ਤਰ੍ਹਾਂ ਜਿਹੜੀ ਸਾਡੇ ਬਲੀਚ ਸਾਡੇ ਜਿਹੜੇ ਕੰਮ ਕਰ ਰਹੀ ਹੈ, ਕੀ ਹੈ, ਸਾਡੀ ਸਕਿਨ ਦਾ ਜਿਹੜਾ ਕਲਰ ਹੈ ਉਹ ਲਾਈਟ ਕਰਦੀ ਹੈ, ਹੇਅਰ ਨੂੰ ਲਾਈਟ ਕਰਦੀ ਹੈ, ਅਤੇ ਜਿਹੜੇ ਸਾਡੇ ਮਤਲਬ ਸਕਿਨ ਟੈਕਸਚਰ ਨੂੰ ਇੰਪਰੂਵ ਕਰਦੀ ਹੈ, ਬਲੈਮਿਸ਼ ਜਾਂ ਜਿਹੜੀ ਸਾਡੀ ਡੈਡ ਸਕਿਨ ਹੈ, ਡਰਟ ਆ, ਉਹ ਇਹਦੇ ਨਾਲ ਰਿਮੂਵ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਜਿਵੇਂ ਅਸੀਂ ਕੈਮੀਕਲੀ ਬਲੀਚ ਤੋਂ ਪਹਿਲਾਂ ਸਮ ਪ੍ਰੋਡਕਟ ਦੈਟ ਕੇਨ ਬੀ ਯੂਜਡ ਐਜ ਹੋਮ ਬਲੀਚ, ਜਿਵੇਂ ਤੁਸੀਂ ਇੱਕ ਹੋਮ ਬਲੀਚ ਦੇ ਤੌਰ 'ਤੇ ਲੈਮਨ, ਪੋਟੈਟੋ, ਐਲੋਵੀਰਾ, ਯੰਗਟ ਐਂਡ ਔਰੇਂਜ ਵਗੈਰਾ ਤੁਸੀਂ ਇੱਕ ਬਲੀਚ ਦੇ ਤੌਰ 'ਤੇ ਆਪਣੇ ਫੇਸ 'ਤੇ ਅਪਲਾਈ ਕਰ ਸਕਦੇ ਹੋ। ਡੋਂਟ ਯੂਜ਼ ਸੋਪ ਫੋਰ ਏ ਮਿਨੀਮਮ ਆਫ 5 ਆਵਰਸ ਆਫਟਰ ਯੂ ਹੈਵ ਅਪਲਾਈਡ ਬਲੀਚ, ਤੁਹਾਨੂੰ ਜਿਹੜੀ ਬਲੀਚ ਅਸੀਂ ਕਰਦੇ ਹਾਂ ਤੁਹਾਨੂੰ ਹੋ ਸਕੇ ਤਾਂ 5 ਘੰਟੇ ਜਾਂ 1 ਦਿਨ ਤੱਕ ਤੁਹਾਨੂੰ ਕੋਈ ਵੀ ਫੇਸ ਵੋਸ਼ ਜਾਂ ਸੋਪ ਵਗੈਰਾ ਫੇਸ 'ਤੇ ਅਪਲਾਈ ਨਹੀਂ ਕਰਨਾ ਚਾਹੀਦਾ। ਕੌਨਸ ਆਫ ਸਕਿਨ ਫੇਸ ਬਲੀਚਿੰਗ ਦਾ, ਅਮੋਨੀਆ ਇਨ ਦਾ ਬਲੀਚਿੰਗ ਕੇਨ ਬੀ ਹਾਰਮਫੁਲ ਫੋਰ ਦਾ ਫੋਲਿੰਗ ਰੀਜ਼ਨ, ਟਰਨ ਦਾ ਸਕਿਨ ਯੈਲੋ, ਮੇਕਸ ਦਾ ਸਕਿਨ ਰਫ, ਲੀਡਸ ਟੂ ਪਿਗਮੈਂਟੇਸ਼ਨ, ਇਫ ਯੂਜ਼ਡ ਫੋਰ ਲੋਂਗ ਪੀਰੀਅਡ ਮੇ ਇੰਟੈਂਸਿਫੀ ਹੇਅਰ ਗਰੋਥ। ਇਹ ਸਾਡੇ ਲਈ ਜਿਹੜੇ ਮਤਲਬ ਅਮੋਨੀਆ ਦੇ ਜਿਹੜੇ ਕੰਮ ਹੈ ਉਹ ਸਾਡੇ ਲਈ ਖਤਰਨਾਕ, ਇਹਨਾਂ ਚੀਜ਼ਾਂ ਲਈ ਜਿਹੜੀ ਸਾਡੀ ਸਕਿਨ ਹੈ ਉਹ ਡੱਲ ਵੀ ਹੋ ਜਾਂਦੀ ਹੈ, ਲੀਡਸ ਟੂ ਪਿਗਮੈਂਟੇਸ਼ਨ ਦੀ ਪ੍ਰੋਬਲਮ ਵੀ ਆ ਸਕਦੀ ਹੈ। ਜੇ ਤੁਸੀਂ ਲੰਬੇ ਸਮੇਂ ਤੋਂ ਹੀ ਯੂਜ਼ ਕਰ ਰਹੇ ਹੋ ਤਾਂ ਜਿਹੜਾ ਤੁਹਾਡੀ ਗਰੋਥ ਨੂੰ ਵੀ, ਤੁਹਾਡੇ ਜਿਹੜੇ ਫੇਸ ਨੂੰ ਪ੍ਰੋਬਲਮ ਆ ਸਕਦੀ ਹੈ। ਨੈਕਸਟ ਜਿਵੇਂ ਅਸੀਂ ਗੱਲ ਕਰਦੇ ਹਾਂ ਕਿ ਜਿਵੇਂ ਬਲੀਚ ਕਰੀਮ ਨੂੰ ਅਪਲਾਈ ਕਰਨ ਤੋਂ ਪਹਿਲਾਂ ਸਾਨੂੰ ਕਿਹੜੀਆਂ ਗੱਲਾਂ ਧਿਆਨ ਰੱਖਣਾ ਚਾਹੀਦਾ, ਜਿਵੇਂ ਕਲੀਨਿੰਗ ਦਾ ਏਰੀਆ ਟੂ ਬੀ ਬਲੀਚ ਦਾ ਸਕਿਨ ਟੋਨਰ, ਅਵਾਇਡ ਯੂਜਿੰਗ ਕੈਮੀਕਲ ਬੇਸਡ ਕਲੀਂਜ਼ਰ, ਕੈਮੀਕਲ ਕਲੀਂਜ਼ਰ ਜਿਹੜਾ ਕਲੀਂਜ਼ਰ ਹੁੰਦਾ ਜਾਂ
ਕੁਛ ਵੀ ਹੈ ਤੁਹਾਨੂੰ ਇੱਦਾਂ ਦਾ ਉਦੋਂ ਪਹਿਲਾਂ ਯੂਜ਼ ਨਹੀਂ ਕਰਨਾ ਚਾਹੀਦਾ, ਤਾਂ ਤੁਸੀਂ ਆਪਣੇ ਸਿੰਪਲੀ ਜਿਹੜਾ ਫੇਸ ਵਾਸ਼ ਜਿਹੜਾ ਸਿੰਪਲ ਪਾਣੀ ਨਾਲ ਫੇਸ ਜਿਹੜਾ ਵਾਸ਼ ਕਰ ਸਕਦੇ ਹੋ। ਜਿਵੇਂ ਕਿ ਤੁਸੀਂ ਜਾਂ ਰੋਜ਼ ਵਾਟਰ ਨਾਲ, ਕਲੀਜ਼ਿੰਗ ਮਿਲਕ ਨਾਲ ਜਾਂ ਵਾਟਰ ਨਾਲ ਤੁਸੀਂ ਆਪਣਾ ਜਿਹੜਾ ਫੇਸ ਹੈ ਚੰਗੀ ਤਰ੍ਹਾਂ ਵਾਸ਼ ਕਰ ਸਕਦੇ ਹੋ। ਐਂਡ ਉਸ ਤੋਂ ਬਾਅਦ ਤੁਸੀਂ ਆਪਣੇ ਫੇਸ ਐਂਡ ਸਕਿਨ ਦੇ ਅਕੋਰਡਿੰਗ ਬਲੀਚ ਕਰੀਮ ਐਂਡ ਐਕਟੀਵੇਟਰ ਹੈ ਜਿਹੜਾ ਤੁਸੀਂ ਉਹਨੂੰ ਮਿਕਸ ਕਰਨਾ ਹੈ। ਐਂਡ ਉਸ ਤੋਂ ਬਾਅਦ ਮਿਕਸ ਕਰਨ ਤੋਂ ਬਾਅਦ ਤੁਸੀਂ ਇਹਦਾ ਜਿਹੜਾ ਪੈਚ ਟੈਸਟ ਵੀ ਕਰ ਸਕਦੇ ਹੋ। ਅਪਲਾਈ ਵਿਦ ਦਾ ਹੈਲਪ ਆਫ ਐਪਲੀਕੇਟਰ ਬਰੱਸ਼ ਡਾਰਕ ਕੰਪਲੈਕਸ਼ਨ ਲਈ ਕੀ ਹੈ, ਅਬਾਊਟ 2 ਮਿੰਟ ਔਨ ਦਾ ਫੇਸ ਐਂਡ 3 to 5 ਮਿੰਟ ਔਨ ਲੈਗਸ ਐਂਡ ਆਰਮਸ। ਵੈਟਿਸ਼ ਕੰਪਲੈਕਸ਼ਨ ਲਈ ਹੈ ਜਿਹੜਾ 3 to 5 ਮਿੰਟ ਔਨ ਦਾ ਫੇਸ ਐਂਡ 7 to 10 ਮਿੰਟ ਔਨ ਆਰਮ ਐਂਡ ਲੈਗਸ। ਫੇਅਰ ਕੰਪਲੈਕਸ਼ਨ ਲਈ ਐਟ ਲਾਸਟ ਜਿਹੜੇ 15 ਮਿੰਟ ਤੁਸੀਂ ਅਪਲਾਈ ਕਰ ਸਕਦੇ ਹੋ। ਇਸ ਤਰ੍ਹਾਂ ਜਿਹੜਾ ਤੁਹਾਡਾ ਕੰਪਲੈਕਸ਼ਨ ਦੇ ਅਕੋਰਡਿੰਗ ਆਪਾਂ ਐਕਟੀਵੇਟਰ ਪਾ ਸਕਦੇ ਹਾਂ ਅਤੇ ਉਨੀ ਟਾਈਮਿੰਗ ਲਈ ਜਿਹੜੀ ਆਪਾਂ ਬਲੀਚ ਆ ਉਹ ਆਪਣੇ ਸਕਿਨ 'ਤੇ ਰੱਖ ਸਕਦੇ ਹਾਂ। ਨੈਕਸਟ ਬਲੀਚ ਹੋਣ ਤੋਂ ਬਾਅਦ ਜਾਂ 10 ਜਾਂ 15 ਮਿੰਟ ਜਾਂ ਉਹ ਜਿੰਨੀ ਵੀ ਉਹਦੀ ਟਾਈਮਿੰਗ ਹੈ, ਤੁਸੀਂ ਉਸ ਤੋਂ ਬਾਅਦ ਉਸਨੂੰ ਸਪੈਚੁਲਾ ਦੇ ਨਾਲ ਚੈੱਕ ਕਰ ਸਕਦੇ ਹੋ। ਐਂਡ ਜੇਕਰ ਬਲੀਚ ਹੋ ਚੁੱਕੀ ਹੈ ਤਾਂ ਤੁਸੀਂ ਉਸਨੂੰ ਸਪੈਚੁਲਾ ਜਾਂ ਸਪੂਨ ਦੇ ਨਾਲ, ਜੋ ਵੀ ਤੁਹਾਨੂੰ ਛੋਟਾ ਸਪੂਨ ਬਲੀਚ ਦੇ ਨਾਲ ਮਿਲਦਾ ਹੈ, ਤਾਂ ਤੁਸੀਂ ਉਸਨੂੰ ਉਸਦੇ ਨਾਲ ਜਿਹੜੀ ਬਲੀਚ ਹੈ ਉਹਨੂੰ ਆਪਣੇ ਫੇਸ ਤੋਂ ਸਕਿਨ ਤੋਂ ਕਵਰ ਕਰੋ, ਰਿਮੂਵ ਕਰੋ। ਐਂਡ ਉਸ ਤੋਂ ਬਾਅਦ ਤੁਸੀਂ ਆਪਣੇ ਕੋਲਡ ਵਾਟਰ ਜਾਂ ਸਪੰਜ ਨਾਲ ਚੰਗੀ ਤਰ੍ਹਾਂ ਆਪਣੇ ਫੇਸ ਨੂੰ ਕਲੀਨ ਕਰੋ। ਐਂਡ ਉਸ ਤੋਂ ਬਾਅਦ ਚੰਗੀ ਤਰ੍ਹਾਂ ਸਪੰਜ ਜਾਂ ਵਾਟਰ ਨਾਲ ਫੇਸ ਕਲੀਨ ਕਰਨ ਤੋਂ ਬਾਅਦ ਤੁਸੀਂ ਰੋਜ਼ ਵਾਟਰ ਵੀ ਅਪਲਾਈ ਕਰ ਸਕਦੇ ਹੋ। ਐਂਡ ਨੋਟ, ਮਿਕਸ ਦਾ ਐਕਟੀਵੇਟਰ ਐਂਡ ਅਮੋਨੀਆ ਓਨਲੀ ਵੈਨ ਯੂ ਆਰ ਰੈਡੀ ਟੂ ਅਪਲਾਈ ਇਟ ਇਮੀਡੀਏਟਲੀ, ਡੂ ਨੋਟ ਸੇਵ ਇਟ ਫੋਰ ਫਿਊਚਰ ਯੂਜ਼। ਤਾਂ ਉਸਨੂੰ ਇੱਕ ਵਾਰ ਖੋਲ੍ਹਣ ਤੋਂ ਬਾਅਦ ਅਸੀਂ ਦੁਬਾਰਾ ਜਿਹੜਾ ਐਕਟੀਵੇਟਰ ਹੈ ਉਸਨੂੰ ਯੂਜ਼ ਨਹੀਂ ਕਰ ਸਕਦੇ, ਕਿਉਂਕਿ ਉਸਦਾ ਜਿਹੜਾ ਸਾਡਾ ਰਿਐਕਸ਼ਨ ਹੈ ਉਹ ਸਾਡੇ ਲਈ ਗਲਤ ਵੀ ਹੋ ਸਕਦਾ, ਸਾਡੀ ਸਕਿਨ ਲਈ ਉਹ ਸੇਫ ਨਹੀਂ ਰਹਿੰਦਾ। ਤਾਂ ਜਿਹੜਾ ਅਸੀਂ ਉਸਨੂੰ ਇਮੀਡੀਏਟਲੀ ਯੂਜ਼ ਕਰ ਸਕਦੇ ਹਾਂ। ਨੈਕਸਟ ਕਿ ਜਦੋਂ ਅਸੀਂ ਬਲੀਚ ਕਰਨੀ ਹੈ, ਜੇਕਰ ਤੁਸੀਂ ਹੋਮ ਬਲੀਚ ਕਰ ਰਹੇ ਹੋ, ਘਰ ਬਲੀਚ ਕਰ ਰਹੇ ਹੋ ਜਾਂ ਸਲੋਨ 'ਤੇ ਬਲੀਚ ਕਰ ਰਹੇ ਹੋ, ਇਫ ਯੂ ਵਾਂਟ ਟੂ ਏ ਫੇਸ ਬਲੀਚ ਏ ਹੋਮ, ਦੇਅਰ ਆਰ ਮੈਨੀ ਕੈਮੀਕਲ ਬੇਸਡ ਫੇਸ ਬਲੀਚ ਕਰੀਮਸ ਅਵੇਲੇਬਲ ਇਨ ਐਨੀ ਕੈਮਿਸਟ ਔਰ ਬਿਊਟੀ ਸਟੋਰ। ਇਹ ਫੇਸ ਬਲੀਚ ਬੋਕਸ ਕਿੱਟ ਕੰਸਿਸਟ ਆਫ 2 ਆਈਟਮ, ਬਲੀਚਿੰਗ ਕਰੀਮ ਐਂਡ ਐਕਟੀਵੇਟਰ ਪਾਊਡਰ। ਦੇ ਆਰ ਆਲਸੋ ਕਮ ਵਿਦ ਦੇ ਸਪੈਚੁਲਾ ਫੋਰ ਈਜ਼ੀ ਐਪਲੀਕੇਸ਼ਨ ਐਂਡ ਰਿਮੂਵਲ। ਜਿਹੜਾ ਸਪੈਚੁਲਾ ਹੁੰਦਾ, ਇਹਦੇ ਵਿੱਚ ਸਾਨੂੰ ਜਿਹੜੀ ਅਸੀਂ ਮਾਰਕੀਟ ਦੇ ਵਿੱਚੋਂ ਬਲੀਚ ਲੈਂਦੇ ਹਾਂ, ਉਹਦੇ ਵਿੱਚ ਸਾਨੂੰ ਕਰੀਮ ਬਲੀਚ, ਬਲੀਚ ਕਰੀਮ ਐਂਡ ਐਕਟੀਵੇਟਰ ਸਾਨੂੰ ਮਿਲਦਾ ਹੈ। ਉਹਦੇ ਨਾਲ ਇੱਕ ਸਪੈਚੁਲਾ ਵੀ ਹੁੰਦਾ, ਜਿਸ ਦੇ ਨਾਲ ਅਸੀਂ ਉਹਨੂੰ ਮਿਕਸ ਕਰ ਸਕਦੇ ਹਾਂ ਤਾਂ ਅਸੀਂ ਰਿਮੂਵ ਕਰ ਸਕਦੇ ਹਾਂ, ਉਹ ਸਾਡੇ ਲਈ ਇੱਕ ਸੌਖਾ ਕੰਮ ਕਰਦੇ ਹੈ। ਤਾਂ ਜਿਹੜਾ ਇਹਦਾ ਫਸਟ ਹੈ ਕਿ ਵਾਸ਼ ਯੂਅਰ ਫੇਸ ਵਿਦ ਕੋਲਡ ਵਾਟਰ ਐਂਡ ਇਹ ਮਿਲਡ ਸੋਪ ਟੂ ਰਿਮੂਵ ਐਨੀ ਮੇਕਅਪ ਡਰਟ ਔਰ ਐਕਸੈਸ ਓਇਲ, ਪੈਟ ਯੂਅਰ ਸਕਿਨ ਡਰਾਈ। ਚੰਗੀ ਤਰ੍ਹਾਂ ਫੇਸ ਨੂੰ ਕਲੀਨ ਕਰੋ, ਉਸ ਤੋਂ ਬਾਅਦ ਜਿਹੜੇ ਤੁਹਾਡੇ ਜਿਹੜੇ ਵਾਲ ਆ ਉਹਨਾਂ ਨੂੰ ਬੰਨ੍ਹ ਕੇ ਤੁਸੀਂ ਹੈੱਡ ਬੈਂਡ ਯੂਜ਼ ਕਰੋ, ਤਾਂ ਜੋ ਤੁਹਾਡੇ ਜਿਹੜੇ ਲੌਂਗ ਹੇਅਰ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ, ਉਹਨਾਂ 'ਤੇ ਬਲੀਚ ਅਪਲਾਈ ਨਾ ਹੋਵੇ। ਤੁਸੀਂ ਆਪਣੇ ਫੇਸ ਦੇ ਅਕੋਰਡਿੰਗ ਜਿਹੜੀ ਕਰੀਮ ਬਲੀਚ ਐਂਡ ਪਾਊਡਰ ਹੈ ਤੁਸੀਂ ਉਹਨੂੰ ਜਿਹੜਾ ਇੱਕ ਬਾਊਲ ਦੇ ਵਿੱਚ ਮਿਕਸ ਕਰਨਾ ਹੈ। ਤੁਸੀਂ ਜੇ ਤੁਹਾਡੀ ਸਕਿਨ ਸੈਂਸਿਟਿਵ ਹੈ, ਤੁਸੀਂ ਜ਼ਿਆਦਾ ਐਕਟੀਵੇਟਰ ਯੂਜ਼ ਨਹੀਂ ਕਰਨਾ, ਤੁਸੀਂ ਆਪਣੀ ਸਕਿਨ ਹੇਅਰ ਗਰੋਥ ਦੇ ਅਕੋਰਡਿੰਗ ਹੀ ਘੱਟ ਤੋਂ ਘੱਟ ਐਕਟੀਵੇਟਰ ਯੂਜ਼ ਕਰਨ ਦੀ ਕੋਸ਼ਿਸ਼ ਕਰੋ। ਐਂਡ ਉਸ ਤੋਂ ਬਾਅਦ ਜਿਹੜਾ ਨੈਕਸਟ, ਡੂ ਏ ਸਮਾਲ ਪੈਚ ਟੈਸਟ ਵਿਦ ਦਾ ਮਿਕਸਚਰ ਬਾਈ ਅਪਲਾਈਂਗ ਏ ਸਮਾਲ ਅਮਾਊਂਟ ਟੂ ਯੂਅਰ ਆਰਮ ਔਰ ਲੈਗ। ਕੀਪ ਇਟ ਔਨ ਫੋਰ 5 ਮਿੰਟ ਬਿਫੋਰ ਵਾਸ਼ਿੰਗ ਇਟ ਆਫ ਵਿਦ ਵਾਟਰ, ਚੈੱਕ ਫੋਰ ਰੈਡਨੈਸ ਔਰ ਐਨੀ ਅਦਰ ਰਿਐਕਸ਼ਨ। ਜਿਵੇਂ ਕਿ ਮੈਂ ਪਹਿਲਾਂ ਵੀ ਪੈਚ ਟੈਸਟ ਬਾਰੇ ਦੱਸਿਆ ਸੀ ਕਿ ਜਿਹੜੇ ਕੈਮੀਕਲ ਪ੍ਰੋਡਕਟ ਹੁੰਦੇ ਨੇ ਸਾਡੀ ਸਕਿਨ ਲਈ ਸਹੀ ਹੈ ਜਾਂ ਗਲਤ ਹੈ, ਇਹਨਾਂ ਦੇ ਰਿਐਕਸ਼ਨ ਨੂੰ ਚੈੱਕ ਕਰਨ ਲਈ ਪੈਚ ਟੈਸਟ ਬਹੁਤ ਜ਼ਰੂਰੀ ਹੈ। ਤਾਂ ਤੁਸੀਂ ਇਸ ਤਿਆਰ ਕੀਤੇ ਹੋਏ ਮਿਸ਼ਰਣ ਨੂੰ ਆਪਣੇ ਲੈਗਸ ਔਰ ਆਰਮ ਜਾਂ ਕੰਨ ਦੇ ਪਿੱਛੇ ਲਗਾ ਕੇ ਚੈੱਕ ਕਰ ਸਕਦੇ ਹੋ। ਜੇਕਰ ਵੀ ਤੁਹਾਨੂੰ ਕੋਈ ਰੈਡਿਸ਼ਨ ਹੁੰਦੀ ਹੈ ਜਾਂ ਕੋਈ ਰਿਐਕਸ਼ਨ ਹੁੰਦੀ ਹੈ ਤਾਂ ਤੁਸੀਂ ਇਸਨੂੰ ਅਪਲਾਈ ਯੂਜ਼ ਨਾ ਕਰੋ, ਤਾਂ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਤੁਸੀਂ ਇਸਨੂੰ ਯੂਜ਼ ਕਰ ਸਕਦੇ ਹੋ। ਨੈਕਸਟ, ਅਪਲਾਈ ਦਾ ਮਿਕਸਚਰ ਔਨ ਯੂਅਰ ਫੇਸ ਐਂਡ ਮੇਕ ਯੂਅਰ ਸ਼ੋਰ ਯੂ ਕਵਰ ਦਾ ਹੇਅਰ ਇਵਨਲੀ ਐਂਡ ਕੰਪਲੀਟਲੀ, ਡੂ ਨੋਟ ਰਬ ਦਾ ਕਰੀਮ ਇਨ ਟੂ ਦਾ ਸਕਿਨ। ਉਸ ਤੋਂ ਬਾਅਦ ਤੁਸੀਂ ਆਪਣੇ ਫੇਸ 'ਤੇ ਅੱਖਾਂ ਐਂਡ ਆਈਜ਼ ਐਂਡ ਆਈਬ੍ਰੋਜ਼ ਤੋਂ ਬਚਾ ਕੇ ਫੇਸ 'ਤੇ ਚੰਗੀ ਤਰ੍ਹਾਂ ਜਿਹੜੀ ਬਲੀਚ ਹੈ ਉਹਨੂੰ ਅਪਲਾਈ ਕਰੋ, ਉਹਨੂੰ ਕਦੇ ਵੀ ਰਬ ਨਾ ਕਰੋ, ਸੋਫਟਲੀ ਬਲੀਚ ਨੂੰ ਅਪਲਾਈ ਕਰੋ। ਲੀਵ ਇਟ ਫੋਰ ਏ ਮੈਕਸੀਮਮ ਆਫ 10 ਮਿੰਟਸ, ਤੁਸੀਂ ਇਸ ਨੂੰ 10 to 15 ਮਿੰਟ ਤੱਕ ਛੱਡ ਸਕਦੇ ਹੋ, ਰੱਖ ਸਕਦੇ ਹੋ। ਐਂਡ ਜੇਕਰ ਤੁਹਾਨੂੰ ਲੱਗਦਾ ਹੈ ਕਿ ਜੇਕਰ ਤੁਹਾਡੀ ਬਲੀਚ ਨਹੀਂ ਹੋਈ, ਤੁਸੀਂ ਇਸ ਨੂੰ ਚੈੱਕ ਕਰਕੇ 3 to 5 ਮਿੰਟ ਹੋਰ ਰੱਖੋ। ਉਸ ਤੋਂ ਬਾਅਦ ਤੁਸੀਂ ਇਹਨੂੰ ਸਪੈਚੁਲਾ ਨਾਲ ਕਲੀਨ ਕਰ ਦਿਓ, ਫੇਸ ਨੂੰ ਵਾਟਰ ਨਾਲ ਕਲੀਨ ਕਰੋ, ਸਪੰਜ ਨਾਲ ਕਲੀਨ ਕਰੋ। ਐਂਡ ਇਸ ਤੋਂ ਬਾਅਦ ਤੁਸੀਂ ਟਾਵਲ ਨਾਲ ਵੀ ਚੰਗੀ ਤਰ੍ਹਾਂ ਡਰਾਈ ਕਰੋ। ਐਂਡ ਇਸ ਤੋਂ ਅੱਗੇ ਮੈਂ ਤੁਹਾਨੂੰ ਇਸ ਇੰਸਟਰਕਸ਼ਨਸ ਬਾਰੇ ਦੱਸ ਦਿਆਂ। ਜਿਵੇਂ ਕਿ ਅਸੀਂ ਫੇਸ 'ਤੇ ਅਪਲਾਈ ਕਰਦੇ ਹਾਂ ਬਲੀਚ, ਤਾਂ ਉਸ ਵੇਲੇ ਸਾਨੂੰ ਕੀ ਧਿਆਨ ਰੱਖਣਾ ਚਾਹੀਦਾ, ਜੇਕਰ ਸਾਡੇ ਕੋਈ ਪਿੰਪਲ ਹੈ ਜਾਂ ਜਿਵੇਂ ਬਹੁਤ ਰੇਅਰਲੀ ਪਿੰਪਲ ਹੁੰਦੇ ਤਾਂ ਅਸੀਂ ਉਹਨਾਂ ਤੋਂ ਬਚਾ ਕੇ ਆਪਣੀ ਆਈਬ੍ਰੋਜ਼, ਆਈਜ਼, ਆਈਬ੍ਰੋ, ਲਿਪਸ
ਤਾਂ ਇਹਨਾਂ ਤੋਂ ਬਚਾ ਕੇ ਹੀ ਜਿਹੜੀ ਅਸੀਂ ਜਿਹੜੀ ਬਲੀਚ ਹੈ ਅਸੀਂ ਉਸਨੂੰ ਅਪਲਾਈ ਕਰਨਾ ਹੁੰਦਾ ਹੈ। ਨੈਕਸਟ ਜਦੋਂ ਵੀ ਅਸੀਂ ਬਲੀਚ ਹੋ ਜਾਂਦੀ ਤਾਂ ਇਸਨੂੰ ਸਪੈਚੁਲਾ ਨਾਲ ਕਲੀਨ ਕਰਨਾ, ਉਸ ਤੋਂ ਬਾਅਦ ਸਪੰਜ ਨਾਲ ਅਸੀਂ ਕਲੀਨ ਕਰਨਾ ਹੁੰਦਾ ਹੈ। ਸਪੰਜ ਨਾਲ ਕਲੀਨ ਕਰਨ ਤੋਂ ਬਾਅਦ ਫੇਸ ਨੂੰ ਤੁਸੀਂ ਚੰਗੀ ਤਰ੍ਹਾਂ ਜਿਹੜਾ ਕਿ ਤੁਸੀਂ ਵਾਟਰ ਨਾਲ ਕਲੀਨ ਕਰ ਸਕਦੇ ਹੋ, ਜਾਂ ਤੁਸੀਂ ਜੇਕਰ ਤੁਹਾਨੂੰ ਰੈਡਿਸ਼ ਜਾਂ ਇਰੀਟੇਸ਼ਨ ਦੀ ਪ੍ਰੋਬਲਮ ਹੈ ਤਾਂ ਤੁਸੀਂ ਇਸ ਲਈ ਰੋਜ਼ ਵਾਟਰ ਨੂੰ ਕੋਟਨ ਨਾਲ ਆਪਣੇ ਫੇਸ 'ਤੇ ਅਪਲਾਈ ਕਰ ਸਕਦੇ ਹੋ, ਜਾਂ ਤੁਸੀਂ ਰੋਜ਼ ਵਾਟਰ ਸਪਰੇਅ ਵੀ ਕਰ ਸਕਦੇ ਹੋ ਆਪਣੇ ਫੇਸ ਉੱਪਰ। ਇਸ ਤੋਂ ਬਾਅਦ ਜੇਕਰ ਤੁਹਾਨੂੰ ਲੱਗਦਾ ਤਾਂ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਕੋਲਡ ਵਾਟਰ ਨਾਲ ਵੀ ਵਾਸ਼ ਕਰ ਸਕਦੇ ਹੋ। ਜੇਕਰ ਤੁਹਾਨੂੰ ਬਲੀਚ ਕਰਦੇ ਸਮੇਂ ਜਾਂ ਬਲੀਚ ਕਰਨ ਤੋਂ ਬਾਅਦ ਰੈਡਿਸ਼ ਜਾਂ ਇਰੀਟੇਸ਼ਨ ਦੀ ਪ੍ਰੋਬਲਮ ਆ ਗਈ ਹੈ, ਜਾਂ ਤੁਹਾਨੂੰ ਇੱਦਾਂ ਲੱਗਦਾ ਕਿ ਤੁਹਾਡੇ ਫੇਸ 'ਤੇ ਇਸਦਾ ਕੋਈ ਰਿਐਕਸ਼ਨ ਹੈ ਜਾਂ ਸੂਟ ਨਹੀਂ ਕਰ ਰਹੀ ਬਲੀਚ, ਜਾਂ ਤੁਹਾਨੂੰ ਇਰੀਟੇਸ਼ਨ ਹੋ ਰਹੀ ਹੈ, ਤਾਂ ਤੁਸੀਂ ਆਪਣੇ ਫੇਸ ਨੂੰ ਚੰਗੀ ਤਰ੍ਹਾਂ ਠੰਡੇ ਪਾਣੀ ਨਾਲ ਵਾਸ਼ ਕਰ ਸਕਦੇ ਹੋ, ਜਿਸ ਨਾਲ ਕਿ ਤੁਹਾਡੀ ਇਰੀਟੇਸ਼ਨ ਜਾਂ ਜਿਹੜੀ ਰਿਐਕਸ਼ਨ ਆ ਉਹਦਾ ਅਸਰ ਆ ਜਿਹੜਾ ਬਹੁਤ ਘੱਟ ਜਾਂਦਾ ਹੈ। ਜੇਕਰ ਤੁਹਾਨੂੰ ਇਸ ਤੋਂ ਵੀ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਬਲੀਚ ਕਰਨ ਵੇਲੇ, ਜਾਂ ਬਲੀਚ ਕਰਨ ਤੋਂ ਬਾਅਦ ਰੈਡਿਸ਼ ਦੀ ਪ੍ਰੋਬਲਮ ਆ ਜਾਂਦੀ ਹੈ, ਸੈਂਸਿਟਿਵ ਸਕਿਨ ਹੋਣ ਕਰਕੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਹੈ, ਤਾਂ ਤੁਸੀਂ ਬਲੀਚ ਤੋਂ ਬਾਅਦ ਆਈਸ ਕਿਊਬਸ ਜਾਂ ਜਿਵੇਂ ਕਿ ਬਰਫ ਜਿਹੜੇ ਟੁਕੜੇ ਹੁੰਦੇ ਆ ਤੁਸੀਂ ਬਰਫ ਨਾਲ ਵੀ ਆਪਣੇ ਫੇਸ ਦੀ ਮਸਾਜ ਕਰ ਸਕਦੇ ਹੋ, ਜਿਸ ਨਾਲ ਕੀ ਹੁੰਦਾ ਕਿ ਸਾਡੀ ਜਿਹੜੀ ਇਰੀਟੇਸ਼ਨ ਦੀ ਪ੍ਰੋਬਲਮ ਹੈ ਉਹ ਘੱਟ ਜਾਂਦੀ ਹੈ। ਸਾਡੀ ਸਾਡੀ ਰੈਡਿਸ਼ ਹੁੰਦੀ ਹੈ ਜਾਂ ਕੋਈ ਪਿੰਪਲ ਵਗੈਰਾ ਹੁੰਦੇ ਆ ਜਾਂ ਕੁਛ ਵੀ ਇਸ ਤਰ੍ਹਾਂ ਦੀ ਸਾਨੂੰ ਕੋਈ ਵੀ ਪ੍ਰੋਬਲਮ ਹੁੰਦੀ ਹੈ, ਸਕਿਨ ਰਿਲੇਟਡ ਪ੍ਰੋਬਲਮ ਹੁੰਦੀ ਹੈ, ਤਾਂ ਜਿਹੜੀ ਸਾਡੀ ਆਈਸ ਕਿਊਬਸ ਦੀ ਮਸਾਜ ਨਾਲ ਜਿਹੜਾ ਸਾਡਾ ਉਹ ਠੀਕ ਹੋ ਜਾਂਦਾ ਹੈ। ਇਸ ਤਰ੍ਹਾਂ ਸਾਨੂੰ ਬਲੀਚ ਕਰਨ ਵੇਲੇ ਸਾਰੀਆਂ ਇੰਸਟਰਕਸ਼ਨ ਦਾ ਧਿਆਨ ਰੱਖਣਾ ਚਾਹੀਦਾ ਹੈ। ਆਈਸ ਆਈਬ੍ਰੋਜ਼ ਤੋਂ ਬਚਾ ਕੇ ਬਲੀਚ ਕਰਨੀ ਚਾਹੀਦੀ ਹੈ, ਕਦੇ ਵੀ ਐਕਟੀਵੇਟਰ ਜ਼ਿਆਦਾ ਨਹੀਂ ਪਾਉਣਾ ਚਾਹੀਦਾ। ਜੇਕਰ ਪਿੰਪਲ ਜਾਂ ਐਕਨੇ ਵਗੈਰਾ ਦੀ ਪ੍ਰੋਬਲਮ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਫੇਸ 'ਤੇ ਪ੍ਰੋਬਲਮ ਹੋਵੇ, ਸੈਂਸਿਟਿਵ ਸਕਿਨ ਹੋਵੇ, ਤਾਂ ਬਲੀਚ ਜ਼ਿਆਦਾ ਹਾਰਡ ਨਹੀਂ ਕਰਨੀ ਚਾਹੀਦੀ, ਐਂਡ ਹਰ ਵਾਰ ਕਿ ਬਹੁਤ ਘੱਟ ਸਮੇਂ ਬਾਅਦ ਵੀ ਬਲੀਚ ਨਹੀਂ ਕਰਨੀ ਚਾਹੀਦੀ। ਅਰੇ ਬਲੀਚ ਔਰ ਬਲੀਚ ਕਰਨ ਤੋਂ ਬਾਅਦ ਤੁਹਾਨੂੰ ਮਾਇਸਚਰਾਈਜ਼ਰ, ਕੋਈ ਵੀ ਮਾਇਸਚਰਾਈਜ਼ਰ ਹੈ ਆਪਣੇ ਸਕਿਨ ਦੇ ਅਕੋਰਡਿੰਗ ਅਪਲਾਈ ਕਰਨਾ ਬਹੁਤ ਜ਼ਰੂਰੀ ਹੈ। ਮਾਇਸਚਰਾਈਜ਼ਰ ਅਪਲਾਈ ਕਰਨ ਨਾਲ ਕਿ ਸਾਡੀ ਜਿਹੜੀ ਸਕਿਨ ਆ ਉਹ ਕਵਰ ਹੋ ਜਾਂਦੀ ਹੈ। ਇਸ ਤੋਂ ਬਾਅਦ ਸਾਨੂੰ ਫੇਸ 'ਤੇ ਕੋਈ ਵੀ ਜਿਹੜਾ ਜਲਦੀ ਤੋਂ ਜਲਦੀ ਕੋਈ ਵੀ ਫੇਸ ਵਾਸ਼ ਜਾਂ ਕੋਈ ਵੀ ਸੋਪ ਯੂਜ਼ ਨਹੀਂ ਕਰਨਾ ਚਾਹੀਦਾ, ਐਂਡ ਫੇਸ ਨੂੰ ਧੁੱਪ ਅਤੇ ਡਸਟ ਤੋਂ ਕਵਰ ਕਰਨਾ ਚਾਹੀਦਾ ਹੈ। ਥੈਂਕਸ ਫੋਰ ਵਾਚਿੰਗ।